हमारे साथ
सुन यार हमारे सज्जन, इक करूं बिनती जिस मोहिन डाल प्यारे हम फिरों को दस प्यार सिर तरी उतारे एक गोरे दर्शन दिए वाहे गुरु वाहे गुरु दस प्यार सिर तरी उतारे एक गोरे दर्शन दिए हमारे प्यार रंग रंगारे एक दिल बिना इंद्री नैन हमारे प्यार रंग रंगारे दिल बिना इंद्री प्रभ सोमन लीना ज्यों जल मीना प्रभ सोमन लीना ज्यों जल मीना जातक जिवें दिसंतिया जन नानक गुरु पूरा पाया जन नानक गुरु पूरा पाया मेरी सगली त्रिखा बुझंदिया करूं विनंतिया एक करूं विनंतिया हमारे साजन यार हमारे साजन यार हमारे साजन यार हमारे साजन करूं विनंतिया एक करूं विनंतिया एक करूं विनंतिया एक करूं विनंतिया यार हमारे साजन करूं विनतिया करूं विनतिया सुन यार हमारे एक करो विनंतिया मोहिन लाल प्यारे हम फिर खोजंतिया तू देंदिए सुहाग तै तनकाई को सुहाग ढूंढती फिर दी है कोई कसर तेरे विच है नहीं
ਨਹੀਂ ਤਾਂ ਅਣਹੋਣੀ ਗੱਲ ਹੈ, ਕੋਈ ਢੂੰਡੇ ਅਤੇ ਉਸ ਨੂੰ ਨਾ ਲੱਭੇ। ਜਿਹੜਾ ਹੋਵੇ ਸਭ ਥਾਈਂ ਅਤੇ ਫਿਰ ਵੀ ਨਾ ਲੱਭੇ, ਕੋਈ ਸ਼ੈ ਕਿਤੇ ਰੱਖ ਬੈਠੇ ਹਾਂ, ਢੂੰਡਦੇ ਹਾਂ, ਨਹੀਂ ਲੱਭਦੀ। ਪਰ ਜਿਹੜੀ ਸ਼ੈ ਸਭ ਥਾਈਂ ਪਈ ਹੋਵੇ, ਅੰਦਰ ਬਾਹਰ ਸੱਜੇ ਖੱਬੇ ਥੱਲੇ ਉੱਤੇ, ਜੇ ਉਹ ਨਹੀਂ ਪਈ ਲੱਭਦੀ ਤਾਂ ਕੋਈ ਕਸਰ ਹੈ ਢੂੰਡਣ ਵਾਲੇ ਦੀ। ਆਖਿਆ ਟੁੱਟੇਂਦੀ ਇਹ ਸੁਹਾਗ, ਟੁੱਟੇਂਦੀ ਇਹ ਸੁਹਾਗ ਕੂੰ ਤੈਂ ਤਨ ਕਾਈ ਕੋਰ, ਤੇਰੇ ਵਿੱਚ ਕਸਰ ਹੈ ਜੋ ਤੈਨੂੰ ਨਹੀਂ ਲੱਭ ਰਿਹਾ। ਪੁੱਛਿਆ ਫਿਰ ਦੱਸ ਦਿਓ, ਜੇ ਮੇਰੀ ਕਸਰ ਤੁਹਾਨੂੰ ਨਜ਼ਰ ਆਈ ਹੈ ਤਾਂ ਰੱਬ ਦੇ ਪਿਆਰਿਓ ਮੈਨੂੰ ਦੱਸੋ, ਮੈਨੂੰ ਸਮਝ ਨਹੀਂ ਪਈ ਆਉਂਦੀ। ਆਪਣੀ ਗਲਤੀ ਦਾ ਆਪ ਨੂੰ ਪਤਾ ਨਹੀਂ ਲੱਗਦਾ। ਜਿਹੜੀ ਕਸਰ ਹੈ ਮੈਨੂੰ ਦੱਸ ਦਿਓ। ਤਾਂ ਆਖਿਆ ਜਿਨ੍ਹਾਂ ਨਾਂ ਸੁਹਾਗਣੀ ਤਿਨ੍ਹਾਂ ਜਾਂਕ ਨਾ ਹੋਰ। ਤੂੰ ਇੱਕ ਦੀ ਢੂੰਡ ਵਿੱਚ ਨਹੀਂ, ਤੇਰੀਆਂ ਬਹੁਤੇ ਪਾਸੇ ਝਾਂਕਾਂ, ਕਦੇ ਇੱਧਰ ਝਾਂਕਦੀਆਂ, ਕਦੇ ਉੱਧਰ ਝਾਂਕਦੀਆਂ। ਤੇਰੇ ਅੰਦਰ ਇੱਕ ਨਹੀਂ ਵਸਿਆ, ਤੇਰੇ ਅੰਦਰ ਕਈ ਬੈਠੇ। ਸਭਨਾਂ ਨੂੰ ਕਰ ਦੇ ਕੰਡ, ਇੱਕ ਵੱਲ ਕਰ ਲੈ ਮੂੰਹ, ਤੇ ਫਿਰ ਤੈਨੂੰ ਢੂੰਡਣ ਦੀ ਲੋੜ ਨਹੀਂ, ਉਹ ਤੈਨੂੰ ਆਪੇ ਆਣ ਮਿਲੇਗੀ। ਉਸਦੀ ਤਾਂ ਸ਼ਰਤ ਹੀ ਇਹ ਹੈ, ਇੱਕ ਵਾਰੀ ਕਹਿ ਦੇ ਸਭੇ ਸਾਖ ਕੁੜਾਵੇ ਦਿੱਤੇ, ਤੋ ਪੱਲੇ ਤੈਡੇ ਲਾਗੀ, ਲੋਕ ਕੁਟੰਬ ਸਭ ਹੂੰ ਤੇ ਤੋੜੇ, ਤੋ ਆਪਣ ਬੇਡੀ ਆਵੇ। ਲੋਕਾਂ ਨਾਲੋਂ, ਕੁਟੰਬ ਨਾਲੋਂ, ਸਭਨਾਂ ਨਾਲੋਂ ਜੇ ਤੂੰ ਤੋੜ ਲਵੇਂ ਅਤੇ ਇੱਕ ਨਾਲ ਨਾਤਾ ਜੋੜ ਲਵੇਂ, ਅਤੇ ਫਿਰ ਉਸਦੇ ਆਉਣ ਵਿੱਚ ਕੋਈ ਦੇਰ ਹੈ ਹੀ ਨਹੀਂ। ਅਤੇ ਜੇ ਨਹੀਂ ਤੋੜਿਆ ਕੋਈ ਨਾਤਾ ਕਿਸੇ ਨਾਲੋਂ, ਤਾਂ ਫਿਰ ਲੱਭਦੀ, ਫਿਰ ਢੂੰਡਦੀ, ਫਿਰ ਤੈਨੂੰ ਲੱਭਦਾ ਲੱਗੇ। ਟੁੱਟੇਂਦੀ ਇਹ ਸੁਹਾਗ ਕੂ ਤੈਂ ਤਨ ਕਾਈ ਕੋਰ, ਜਿਨ੍ਹਾਂ ਨਾਂ ਸੁਹਾਗਣੀ ਤਿੰਨਾ ਚਾਂਕ ਨਾ ਹੋਰ। ਕਿਆ ਪੂਰਨੇ ਪਾਏ ਹਨ ਬਾਬਾ ਜੀ ਨੇ, ਦੁਨੀਆਂ ਵਿੱਚ ਬੇਅੰਤ ਮਹਾਂਪੁਰਖ ਹੋਏ ਹੋਣਗੇ, ਕਿਸੇ ਦੀ ਕੋਈ ਮਰਿਆਦਾ, ਕਿਸੇ ਦੀ ਕੋਈ ਲੀਹੀ, ਪਰ ਬਾਬਾ ਜੀ ਦੀ ਲਕੀਰ ਇੱਥੇ, ਇੱਕ ਗੁਰੂ ਨਾਨਕ ਬਿਨਾਂ ਕਿਸੇ ਨੂੰ ਪੂਜਿਆ ਹੀ, ਗੁਰੂ ਨਾਨਕ ਬਿਨਾਂ ਕਿਸੇ ਦੀ ਤਸਵੀਰ ਨਹੀਂ ਲਗਾਈ, ਕਿਸੇ ਦਾ ਫੋਟੋ ਨਹੀਂ ਲਾਇਆ। ਇੱਥੋਂ ਤੱਕ ਵੀ ਦਸ ਪਾਤਸ਼ਾਹੀਆਂ ਇੱਕੋ ਹੀ ਰੂਪ ਹਨ ਨਾ। ਪਰ ਬਾਬਾ ਜੀ ਆਖਦੇ ਸਨ, ਚਿਹਰਿਆਂ ਦਾ, ਵਸਤਰਾਂ ਦਾ ਤਾਂ ਫਰਕ ਹੈ ਨਾ, ਜੋਤ ਬੇਸ਼ੱਕ ਇੱਕ ਹੈ ਪਰ ਸਰੂਪ ਤਾਂ ਵੱਖਰੇ ਹਨ। ਇਸ ਵਾਸਤੇ ਬ੍ਰਿਤੀ ਖਿੰਡ ਜਾਂਦੀ ਹੈ, ਟਿਕਦੀ ਨਹੀਂ। ਟਿਕਾਉਣੀ ਹੋਵੇ ਤਾਂ ਇੱਕ ਬਿਨਾਂ ਨਹੀਂ ਟਿਕ ਸਕਦੇ। ਇੱਕੋ ਜਪ, ਇੱਕੋ ਸਾਲਾ, ਉਸੇ ਦੀ ਬਾਣੀ ਪੜ, ਉਸੇ ਦਾ ਨਾਮ ਜਪ, ਉਸੇ ਦਾ ਧਿਆਨ ਧਰ। ਮਹਾਂਪੁਰਖ ਇਹੋ ਜਿਹੇ ਪਾਲ ਜਿਹੜੇ ਤ੍ਰੈ ਕੰਮ ਤੈਨੂੰ ਦ੍ਰਿੜ ਕਰਾਵਣ। ਆਂਦੇ ਸਨ ਕਿਤੇ ਜਾਣ ਜੋਗਾ ਹੀ ਨਹੀਂ ਰਹੇਗਾ, ਪਰ ਭਲਾ ਜੇ ਜਾਏਗਾ ਵੀ, ਨਰਕ ਵਿੱਚ ਵੀ ਚਲਾ ਜਾਏ ਤਾਂ ਜਨਕ ਵਾਂਗੂ ਨਰਕ ਖਾਲੀ ਕਰਕੇ ਲਿਆਏਗਾ, ਇਹਦੀ ਸਮਰੱਥਾ ਵਾਲਾ ਹੋ ਜਾਏਗਾ। ਪਰ ਜੇ ਇੱਕ ਦਾ ਹੋਏਗਾ, ਏਕੇ ਨੂੰ ਮਨ ਵਿੱਚ ਵਸਾਏਗਾ, ਥਾਂ ਥਾਂ ਦੀ ਚਾਂਕ ਨੂੰ ਭੁੱਲ ਜਾਏਗਾ, ਇਹ ਦੁਆਰੇ ਦੁਆਰੇ ਸਵਾਨ ਜਿਉਂ ਡੋਲਤ ਨਹੀਂ ਸੁਧ ਰਾਮ ਭਜਨ। ਦੁਆਰੇ ਦੁਆਰੇ ਡੋਲਦਾ ਫਿਰਨਾ, ਡਰ ਡਰ ਦੀ ਝਾਂਕ ਰੱਖਣੀ, ਹਰ ਇੱਕ ਤੋਂ ਡਰਦਾ ਰਹਿਣਾ,
ਇਹਨੂੰ ਕੀ ਲੋੜ ਹੈ? ਕੋਈ ਲੋੜ ਹੈ ਕਿਸੇ ਦੀ? ਗੁਰੂ ਨਾਨਕ ਬਿਨਾਂ ਕਿਸੇ ਦੀ ਵੀ ਨਹੀਂ। ਜੋ ਦੇਣਾ ਗੁਰੂ ਨਾਨਕ ਦੇਣਾ, ਜੋ ਅਸੀਂ ਪਾਵਣਾ ਗੁਰੂ ਨਾਨਕ ਦੇ ਦਰ ਤੋਂ ਪਾਵਣਾ। ਇਸ ਵਾਸਤੇ ਸਾਨੂੰ ਨਾ ਕਿਸੇ ਦੀ ਲੋੜ ਹੈ, ਨਾ ਕਿਸੇ ਦੀ ਜਾਣਕ ਹੈ। ਸਹਿਬਾਗਣ ਇਹ ਮਾਰਗ ਹੈ ਸੁਹਾਗਣ। ਸੁਹਾਗਣ ਦਾ ਮਾਰਗ ਹੈ ਵੀ ਇੱਕ ਮੇਰਾ ਨਹੀਂ ਤੱਕਣਾ ਦੂਜੇ ਨੂੰ, ਭਾਵੇਂ ਲੱਖਪਤੀ ਹੋਵੇ, ਕਰੋੜਪਤੀ ਬਣਿਆ ਫਿਰਦਾ ਹੋਵੇ। ਜੇ ਮੇਰਾ ਪਤੀ ਗਰੀਬ ਹੈ ਤਾਂ ਮੈਨੂੰ ਉਸੇ ਨਾਲ ਜੰਨਤ ਹੈ, ਉਸੇ ਨਾਲ ਸਵਰਗ ਹੈ। ਕਿਉਂਕਿ ਜਿੰਨਾ ਨਾਂ ਸੁਹਾਗਣੀ ਤਿੰਨਾ ਝਾਂਕ ਨਾ ਹੋਰ। ਨਾਨਕ ਸੁਹਾਗਣ ਦਾ ਕਿਆ ਚਿੰਨ ਹੈ? ਅੰਦਰ ਸੱਚ, ਮੁਖ ਉਜਲਾ, ਉਹ ਸੱਚ ਮੁਖ ਤੇ ਆਣ ਵਸੇਗਾ। ਨਾਨਕ ਸੁਹਾਗਣ ਕਾ ਕਿਆ ਚਿੰਨ ਹੈ? ਅੰਦਰ ਸੱਚ, ਮੁਖ ਉਜਲਾ, ਖਸਮੇ ਮਹਿ ਸਮਾਏ। ਇਹ ਸੁਹਾਗਣਾ ਦਾ ਚਿੰਨ ਹੈ, ਅੰਦਰ ਹੈ ਜਿਨ੍ਹਾਂ ਦੇ ਸੱਚ, ਮੁਖ ਹੈ ਜਿਨ੍ਹਾਂ ਦਾ ਉਜਲ, ਔਰ ਆਪਣੇ ਖਸਮ ਦੇ ਵਿੱਚ ਸਮਾਈਆਂ ਹਨ, ਰੱਤੀਆਂ ਹਨ। ਰੱਤੇ ਸੇਈ ਜੇ ਮੁਖ ਨਾ ਮੁੜ, ਜਿਨੀ ਸੰਜਾਤਾ ਸਾਈਂ, ਜੜ ਜੜ ਪੈਂਦੇ ਕੱਚੇ ਬਿਰਈ, ਜਿਨਾ ਕਾਰ ਨਾ ਆਈ। ਧਣੀ ਵੀ ਹੂਣਾ ਪਾਠ ਪਟੰਬਰ, ਮੁਕਾਬਲਾ ਕੀਤਾ ਨਣੀ ਵੀ ਹੂਣਾ ਪਾਠ ਪਟੰਬਰ, ਬਾਈ ਛੇਤੀ ਜਾਲੇ। ਇੱਕ ਪਾਸੇ ਤੇਰਾ ਪਿਆਰ ਹੈ, ਇੱਕ ਪਾਸੇ ਪਾਠ ਪਟੰਬਰ ਹਨ। ਇਹ ਧਣੀ ਤੇਰੇ ਬਿਨਾਂ, ਇਹ ਪਾਠ ਪਟੰਬਰ ਤੀਲੀ ਲਾਵਾਂ। ਧਣੀ ਵੀ ਹੂਣਾ ਪਾਠ ਪਟੰਬਰ, ਬਾਈ ਛੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ। ਤੇਰੇ ਚਰਣਾਂ ਦੀ ਹੋਵੇ ਧੂੜ, ਵਿੱਚ ਮੈਂ ਕਰਦੀ ਹੋਵਾਂ ਇਸ਼ਨਾਨ। ਤੇਰੇ ਚਰਨਾਂ ਦੀ ਧੂੜੀ ਵਿੱਚ ਪਈ ਸੋਭਦੀ ਹਾਂ। ਇਹਨਾਂ ਰੇਸ਼ਮੀ ਕੱਪੜਿਆਂ ਨਾਲੋਂ, ਇਹ ਦੁਨਿਆਵੀ ਸੁੱਖਾਂ ਨਾਲੋਂ, ਤੇਰੇ ਚਰਨਾਂ ਦੀ ਧੂੜੀ ਵਿੱਚ ਮੇਰਾ ਸਮਾਂ ਬੀਤਦਾ ਤਾਂ ਮੈਂ ਆਪਣੇ ਭਾਗ ਜਾਣਦੀ। ਧੂੜੀ ਵਿੱਚ ਲੁਡੰਦੜੀ ਸੋਵਾਂ, ਨਾਨਕ ਤੈ ਸਹਿ ਨਾਲ, ਤੂੰ ਨਾਲ ਹੋਵੇਂ ਤਾਂ। ਏਕੇ ਦਾ ਉਪਾਸ਼ਿਕ, ਏਕੇ ਦਾ ਪੁਜਾਰੀ, ਏਕੇ ਨੂੰ ਨਿਸ਼ਾਨਾ ਬਣ ਕੇ ਤੁਰਨ ਵਾਲਾ, ਜਿਹਨਾਂ ਸਾਰੀ ਜ਼ਿੰਦਗੀ ਇਹੀ ਪੂਰਨੇ ਪਾਉਂਦੇ ਹਾਂ ਗੁਜ਼ਾਰੀ। ਜੇ ਅਸੀਂ ਉਹਨਾਂ ਦੀ ਕਮਾਈ 'ਚੋਂ ਕੁਛ ਵੀ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਪੂਰਨੇ 'ਤੇ ਤੁਰਨਾ ਪਏ, ਸਾਨੂੰ ਇਹ ਅੱਖਰ ਮਨ ਵਿੱਚ ਵਸਾਉਣੇ ਪੈਣਗੇ। ਜੇ ਅਸੀਂ ਉਹਨਾਂ ਦੀਆਂ ਬਖਸ਼ਿਸ਼ਾਂ ਚਾਹੁੰਦੇ ਹਾਂ ਤਾਂ ਸਾਨੂੰ ਮਹਾਂਪੁਰਖ ਸੰਸਾਰ ਵਿੱਚ ਥੋੜ੍ਹੇ ਨਹੀਂ, ਬੇਅੰਤ ਹਨ, ਬੇਸ਼ੁਮਾਰ ਹਨ। ਪਰ ਜਿਸ ਵੇਲੇ ਇੱਕ ਮਹਾਂਪੁਰਖ ਨੇ ਨਾਮ ਲਿਆ ਅਤੇ ਫਿਰ ਤਾੜੀ ਮਾਰ ਕੇ ਗੱਜਿਆ ਵੀ ਨੰਦ ਸਿੰਘ ਬੇਦਾਗ ਗਿਆ। ਬਾਬਾ ਜੀ ਵੀ ਆਖਦੇ ਸਨ 75 ਸਾਲ ਦੀ, ਤੁਹਾਨੂੰ ਕੋਈ ਪੁੱਛੇ ਤੁਹਾਡੇ ਮਹਾਂਪੁਰਖਾਂ ਵਿੱਚ ਕੀ ਵਾਧਾ ਸੀ, ਕੀ ਗੁਣ ਸਨ, ਤਾਂ ਲੰਬੇ ਵਿਸਥਾਰ ਦੀ ਲੋੜ ਨਹੀਂ। ਤਰੇ ਗੱਲਾਂ ਬੇਸ਼ੱਕ ਕਹਿ ਦੇਣੀਆਂ, ਇਸ ਵਿੱਚ ਝੂਠ ਨਹੀਂ ਕਿ 75 ਸਾਲ ਦੀ ਉਮਰ ਗੁਜ਼ਾਰੀ ਹੈ, ਇਕੱਲੀ ਜਨਾਨੀ ਨਾਲ ਗੱਲ ਨਹੀਂ ਕੀਤੀ। 75 ਸਾਲ ਦੀ ਉਮਰ ਗੁਜ਼ਾਰੀ ਹੈ, ਪੈਸੇ ਨੂੰ ਹੱਥ ਲਾ ਕੇ ਨਹੀਂ ਵੇਖਿਆ ਕਿ ਕੈਸਾ ਹੁੰਦਾ। 75 ਸਾਲ ਦੀ ਉਮਰ ਗੁਜ਼ਾਰੀ ਹੈ ਕਿ ਸੂਈ ਦੀ ਨੋਕ ਜਿੰਨੀ ਥਾਂ ਆਪਣੀ ਨਹੀਂ ਕੀਤੀ, ਇੰਨੀ ਥਾਂ 'ਤੇ ਵੀ ਦਾਈਆ ਨਹੀਂ ਬੰਨਿਆ ਵੀ ਇਹ ਮੇਰੀ ਹੈ, ਮੈਂ ਮੇਰੀ ਤਾਂ ਵਿੱਚੋਂ ਉਡਾ ਛੱਡੀ ਹੈ। ਐਸੇ ਮਹਾਂਪੁਰਖ ਸੰਸਾਰ ਵਿੱਚ ਕਦੀ ਆਉਂਦੇ ਹੋਣਗੇ, ਯੁਗਾਂ ਬਾਅਦ ਕਿ ਸਦੀਆਂ ਬਾਅਦ। ਤੇ ਜਦ ਆਏ ਤਾਂ ਜਿਹੜੇ ਉਹਨਾਂ ਤੋਂ ਵਰਸਾਏ ਉਹਨਾਂ ਨੂੰ ਰੰਗ ਲਏ, ਉਹਨਾਂ ਦੇ ਭਾਗ ਜਗੇ।
ਉਹਨਾਂ ਨੂੰ ਫਿਰ ਖੋਜਣ ਦੀ ਲੋੜ ਨਾ ਪਈ, ਉਹਨਾਂ ਨੂੰ ਤਾਂ ਖੋਜਿਆ ਖੁਜਾਇਆ ਦਨ ਮਿਲ ਗਏ। ਜਿਵੇਂ ਆਖਿਆ ਤੂੰ ਕਿਉਂ ਲੱਭਦਾ ਫਿਰਨਾ, ਤੇਰੀ ਥਾਂ ਤੇ ਮੈਂ ਜੋ ਲੱਭ ਲਿਆ ਆ, ਆ ਤੂੰ ਮੇਰੇ ਕੋਲ ਲੈ ਲੈ। ਬਾਬਾ ਜੀ ਨੇ ਤਾਂ ਇਹ ਝੋਲੀ ਪਾਈਆਂ ਨੇ ਦਾਤਾ, ਤੇ ਤੁਹਾਨੂੰ ਭਟਕਣ ਭੱਜਣ ਦੀ ਲੋੜ ਨਹੀਂ, ਆਓ ਜੋ ਮੇਰੇ ਕੋਲ ਹੈ ਉਹ ਤੁਹਾਡਾ ਹੀ ਹੈ ਨਾ, ਤੇ ਜੇ ਨਹੀਂ ਤਾਂ ਫਿਰ ਭੱਜੇ ਫਿਰੋ, ਫਿਰ ਲੱਭਦੇ ਫਿਰੋ, ਫਿਰ ਉਹ ਅੱਗੇ ਤੇ ਤੁਸੀਂ ਪਿੱਛੇ, ਪਤਾ ਨਹੀਂ ਕਿਤਨੇ ਯੁੱਗ ਬੀਤਣਗੇ ਕਿਤਨੇ ਜਨਮ ਬੀਤਣਗੇ। ਸਾਧ ਸੰਗਤ ਬੋਲੋ ਸ੍ਰੀ ਬਾਬਾ ਜੀ ਦੇ ਪੂਰਨਿਆਂ ਤੇ ਚਲੋ, ਸੁਖ ਪਾਓਗੇ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪੋ, ਸੰਗਤ ਵਿੱਚ ਆਓ, ਕਥਾ ਕੀਰਤਨ ਵਿੱਚ ਮਨ ਜੋੜੋ, ਇੰਝ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।